ਅੱਜ ਦੀ ਅੰਜੀਲ ਦੀ ਆਖਰੀ ਵਚਨ। ਪਰ ਬਹੁਤ ਸਾਰੇ ਜੋ ਪਹਿਲੇ ਹਨ ਉਹ ਆਖਰਲੇ ਹੋਣਗੇ, ਅਤੇ ਜੋ ਆਖਰਲੇ ਹਨ ਉਹ ਪਹਿਲੇ ਹੋਣਗੇ। ਇਹ ਵਚਨ ਸਾਡੇ ਰਿਸ਼ਤਿਆਂ ਅਤੇ ਪਰਸਪਰ ਮੇਲ ਮਿਲਾਪਾਂ ਵਿੱਚ ਮੁਕਾਬਲੇ ਅਤੇ ਸਵੈ ਹਿੱਤ ਨਾਲੋਂ ਪਿਆਰ, ਨਿਮਰਤਾ ਅਤੇ ਸੇਵਾ ਦੇ ਮੁੱਲਾਂ ਨੂੰ ਅੱਗੇ ਰੱਖਣ ਲਈ ਇੱਕ ਸ਼ਕਤੀਸ਼ਾਲੀ ਚੇਤਾਵਨੀ ਵਜੋਂ ਕੰਮ ਕਰਦੀ ਹੈ। ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਖੁਦਾ ਦਾ ਰਾਜ ਸਮਾਨਤਾ ਅਤੇ ਕਿਰਪਾ ਦੇ ਸਿੱਧਾਂਤਾਂ ਉੱਤੇ ਕੰਮ ਕਰਦਾ ਹੈ। ਇਹ ਸਾਨੂੰ ਇੱਕ ਦੂਜੇ ਦਾ ਸਮਰਥਨ ਕਰਨ ਅਤੇ ਈਰਖਾ ਜਾਂ ਮੁਕਾਬਲੇ ਦੇ ਬਿਨਾਂ ਇੱਕ ਦੂਜੇ ਦੀਆਂ ਸਫਲਤਾਵਾਂ ਦਾ ਜਸ਼ਨ ਇੱਕ ਸੁਰ ਨਾਲ ਮਨਾਉਣ ਲਈ ਚੁਣੌਤੀ ਦਿੰਦਾ ਹੈ। ਮੇਰੇ ਪ੍ਰਭੂ ਯੇਸੂ, ਮੈਨੂੰ ਯਾਦ ਦਿਲਾਓ ਕਿ ਇੱਕ ਸਿਹਤਮੰਦ ਅਤੇ ਸਦਭਾਵਨਾ ਵਾਲਾ ਸਮਾਜ ਆਪਸੀ ਸਤਿਕਾਰ, ਦਿਆਲਤਾ ਅਤੇ ਦੂਜਿਆਂ ਨੂੰ ਪਹਿਲ ਦੇਣ ਦੀ ਇੱਛਾ ਉੱਤੇ ਬਣਾਇਆ ਜਾ ਸਕਦਾ ਹੈ। ਇਹ ਪ੍ਰਭੂ, ਅੱਜ ਮੈਨੂੰ ਆਪਣੀਆਂ ਇੱਛਾਵਾਂ ਤੋਂ ਮੁੜ ਵਿਚਾਰ ਕਰਨ ਅਤੇ ਪਿਆਰ, ਨਿਆਂ ਅਤੇ ਦਇਆ ਦੇ ਸਿਧਾਂਤਾਂ ਦੇ ਨਾਲ ਇੱਕ ਸੁਰਦਾ ਵਿੱਚ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।